ਤੇ ਅੱਜ ਕੱਲ ਜਿਹੜਾ ਝਾੜ ਨਿਕਲਦਾ ਪਿਆ ਉਹਦੇ ਬਾਰੇ ਪੁੱਛਣੇ ਆ, ਕਿਸਾਨਾਂ ਦੇ ਪੱਲੇ ਕੀ ਪੈਂਦਾ ਪਿਆ? ਉਹ ਪਲਾਟ ਇੱਥੇ ਖੜੇ ਨੇ 40-40 ਕਿੱਲਿਆਂ ਦੇ। ਅੱਛਾ, ਹਾਂਜੀ, ਉਹ ਤਕਰੀਬਨ ਇਵੇਂ ਹੀ ਆ 15-20 ਮਣ ਕਿਸਾਨ ਵੀਰ ਬਰਾਓ, ਮੁੰਜੀ ਦੀ ਕਟਾਈਆਂ ਸ਼ੁਰੂ ਹੈਗੀਆਂ ਨੇ ਤੇ ਮੁੰਜੀ ਇਹ ਹਾਈਬ੍ਰਿਡ ਤੇ ਬੈਕ ਸਾਈਡ ਤੇ 80-70 ਮਸ਼ੀਨ ਚੱਲਦੀ ਪਈ ਹੈ ਤੇ ਮਸ਼ੀਨ ਦੇ ਮਾਲਕ ਸਾਡੇ ਨਾਲ ਮੌਜੂਦ ਨੇ, ਉਹਨਾਂ ਕੋਲ ਮਲੂਮਾਤ ਲੈਣੇ ਆ ਮਸ਼ੀਨ ਦੇ ਬਾਰੇ ਵੀ ਤੇ ਅੱਜ ਕੱਲ ਜਿਹੜਾ ਝਾੜ ਨਿਕਲਦਾ ਪਿਆ ਉਹਦੇ ਬਾਰੇ ਪੁੱਛਣੇ ਆ, ਕਿਉਂਕਿ ਉਹਨਾਂ ਦਾ ਤਜਰਬਾ ਹੈ ਵੀ ਕਿੱਥੇ ਕਿੱਥੇ ਉਹਨਾਂ ਕਟਾਈ ਕੀਤੀ ਹੈ ਤੇ ਕੀ ਪੋਜੀਸ਼ਨ ਝਾੜ ਦੀ ਨਿਕਲਦੀ ਪਈ ਹੈ ਤੇ ਕਿਸਾਨਾਂ ਦੇ ਪੱਲੇ ਕੀ ਪੈਂਦਾ ਪਿਆ, ਆਹੋ ਸਾਰੀ ਗੱਲ ਮਸ਼ੀਨ ਦੇ ਮਾਲਕ ਤੋਂ ਪੁੱਛਣੇ ਆ। ਅਸਲਾਮ ਅਲੈਕੁਮ ਬਾਈ ਜਾਨ, ਕੀ ਹਾਲ ਹੈ? ਵਾਲੇਕੁਮ ਸਲਾਮ ਤੇ ਬਾਈ ਜਾਨ ਆਪਣਾ ਤਾਰਫ ਕਰਵਾਓ। ਮੁਹੰਮਦ ਅਮੀਨ ਜੀ, ਰੇਪਰ ਸਵਾਗ ਮਲਕ ਮੁਹੰਮਦ, ਮਲਕ ਮੁਹੰਮਦ ਅਮੀਨ ਸਾਹਿਬ। ਮਲਕ ਸਾਹਿਬ ਆਪਣੀ ਹਾਰਵੈਸਟਰ ਹੈ? ਹਾਂਜੀ। 80-70 ਕੈਸੀ ਚੱਲਦੀ ਹੈ? ਸੋਹਣੀ ਚੱਲਦੀ ਹੈ। ਕਿੰਨੇ ਸਾਲਾਂ ਤੋਂ ਕੰਮ ਕਰਦੇ ਪਏ ਜੀ? ਮੈਂ 20 ਸਾਲ ਤੋਂ ਕੰਮ ਕਰਨਾ। 20 ਸਾਲ ਤੋਂ ਕੰਮ ਕਰਦੇ ਪਏ ਜੀ? ਇਹ ਕੰਮ ਵਧੀਆ ਹੈ? ਬਸ ਠੀਕ ਹੈ ਜੀ, ਫਿਰ ਅਸੀਂ ਆਦੇ ਹੋਏ ਹੁਣ ਕੰਮ ਠੀਕ ਹੈ, ਨੁਕਸਾਨ ਕੋਈ ਨਹੀਂ, ਨੁਕਸਾਨ ਰੱਬ ਰੋਜ਼ੀ ਦਿੰਦਾ ਹੈ। ਰੱਬ ਰੋਜ਼ੀ ਦਿੰਦਾ ਹੈ ਤੇ ਇਹ ਮੈਨੂੰ ਦੱਸੋ ਵੀ ਕਟਾਈ ਕਿੰਨੇ ਦਿਨਾਂ ਤੁਸੀਂ ਸ਼ੁਰੂ ਕੀਤੀ ਹੋਈ ਹੈ? ਅਸੀਂ 100 ਏਕੜ ਪਲੱਸ ਕੀਤੀ। 100+ ਕੀਤੀ ਖੜੇ ਜੀ? ਹਾਂਜੀ। ਕਿਹੜੀਆਂ ਕਿਹੜੀਆਂ ਕਿਸਮਾਂ ਕੱਟੀਆਂ ਨੇ ਆਪਾਂ? ਫੈਨ ਵਰਾਇਟੀ ਕੱਟੀ ਹੈ ਜੀ, ਤੇ 100 ਏਕੜ ਜਿਹੜੀ ਹੈ ਉਹ 1847 ਕੱਟੀ, ਜ਼ਿਆਦਾ ਹਾਈਬ੍ਰਿਡ ਕੱਟੀ। ਜ਼ਿਆਦਾ ਹਾਈਬ੍ਰਿਡ ਕੱਟੀ। 1847 ਦਾ ਤੇ ਇਰੀ ਫੈਨਾਂ ਦੀ ਕੀ ਪੋਜੀਸ਼ਨ ਰਹੀ ਹੈ? ਇਹਦੀ ਫੈਨ ਜਿਹੜੇ ਹਨ ਉਹ 50-55-40 ਮਣ ਵੀ, 35 ਮਣ ਵੀ ਇੱਕ ਦੋਸਤ ਦੇ ਕੱਟੇ ਨਾਲ ਚੱਲਦੀ। ਜ਼ਿਆਦਾ ਕਿੰਨਾ ਨਿਕਲਾ ਝਾੜ ਫੈਨਾਂ ਦਾ? ਇਹ 60 ਮਣ ਤੱਕ ਵੀ ਨਿਕਲਿਆ। 60 ਮਣ ਤੱਕ ਨਿਕਲੇ ਨੇ ਤੇ 1847 ਦੀ ਕੀ ਪੋਜੀਸ਼ਨ ਹੈ? ਉਹ ਕੋਈ ਪੋਜੀਸ਼ਨ ਨਹੀਂ, ਉਹ 15 ਮਣ ਵੀ 2 ਏਕੜ ਕੱਟੇ ਨੇ ਤੇ ਇੱਕ ਦੋਸਤ ਦੇ 2 ਏਕੜੇ 15 ਮਣ। ਹੁਣ ਆਪਾਂ ਆ ਜਾਂਦੇ ਹਾਈਬ੍ਰਿਡ, ਹੁਣ ਤੁਸੀਂ ਮੌਜੂਦਾ ਹਾਈਬ੍ਰਿਡ ਦੀ ਵੀ ਕਟਾਈ ਕਰਦੇ ਪਏ ਹੋ ਜੀ? ਇਹ ਮੈਨੂੰ ਦੱਸੋ ਵੀ ਇਹਦਾ ਝਾੜ ਕਿੰਨਾ ਕੁ ਨਿਕਲਦਾ ਪਿਆ ਇੱਥੇ ਜਿੱਥੇ ਤੁਸੀਂ ਖੜੇ ਜੇ? ਇਹਨਾਂ ਦੀ ਕਿੰਨੀ ਕਟਾਈ ਕਰ ਲਈ ਹੈ ਤੇ ਝਾੜ ਕੈਸਾ ਹੈ? ਇਹਨਾਂ ਦੀ ਕਟਾਈ ਅਗਰ 30 ਏਕੜ ਕਰ ਲਈ ਉਹ ਠੀਕ ਨਿਕਲੀ ਮੈਨੂੰ ਜੀ, ਤਕਰੀਬਨ 100+ ਜਾਂ 100-95 ਨਿਕਲੀ। ਇੱਕ ਕਿੱਲੇ 'ਚ ਕਿੰਨੀਆਂ ਟੈਂਕੀਆਂ ਨਿਕਲੀਆਂ ਨੇ? 15-20 ਮਣ ਕਿੱਲਾ ਆਂਦੇ ਕੜੇ ਨੇ, ਸ਼ਾਇਦ ਉਹ ਕਟਾਈ ਨਾ ਕਰਾਉਣ ਵਾਲੇ ਵੇਖਾਂਗੇ ਜਾਂ ਕੱਟਣੇ ਜਾਂ ਨਹੀਂ ਕੱਟਣੇ। ਠੀਕ ਹੋ ਗਿਆ, ਮਤਲਬ ਵੀ ਬੀਜ ਜਿਹੜੇ ਨੇ ਉਹ ਠੀਕ ਨਹੀਂ ਆਏ? ਠੀਕ ਨਹੀਂ ਆਏ, ਕਿਉਂਕਿ ਇੱਕੇ ਜਗ੍ਹਾ ਤੇ 80 ਕਿੱਲਾ ਜਿਹੜਾ 40-40 ਕਿੱਲੇ ਜਿਹੜੇ ਦੇ 2 ਪਲਾਟ ਉਹ ਖਤਮ ਨੇ, ਇਸੇ ਜਗ੍ਹਾ ਤੇ 100+ ਵੀ ਨਿਕਲਦੀ ਪਈ ਹੈ। ਹਾਲਾਂਕਿ ਗਰਮੀ ਵਿੱਚ ਤਾਂ ਉਹ ਵੀ ਆ ਗਏ ਨਾ, ਅਗਰ ਗਰਮੀ ਅੱਜ ਕਟਾਈ ਕੀਤੀ ਨਾ 5 ਏਕੜੇ ਪਿੱਛੇ ਕਰ ਰਹੇ ਹਾਂ ਜੀ, 100+ ਹੈ ਆਹ ਜਿਹੜੇ 5 ਏਕੜ ਕੱਟਦੇ ਪਏ ਇਹ ਤਕਰੀਬਨ 100 ਨਾ ਹੋਏ ਤਾਂ ਕੋਈ 90-80 ਦੇ ਨੇੜੇ, 80-90 ਹੋ ਜਾਸੀ। ਤੇ ਬਹੁਤ ਮਿਹਰਬਾਨੀ ਮਲਕ ਸਾਹਿਬ, ਹੁਣ ਚੱਲਦੇ ਹਾਂ ਤੁਹਾਡੀ ਮਸ਼ੀਨ ਦੀ ਪਰਫਾਰਮੈਂਸ ਵੇਖਣੇ ਆ, ਨਾਲ ਕਿਸਾਨ ਵੀਰ ਭਰਾਵਾਂ ਨੂੰ ਹਾਈਬ੍ਰਿਡ ਜਿਹੜੀ ਹੈ ਨਾ ਮੁੰਜੀ ਉਹ ਵਹਾਣੇ ਆ। ਚੈੱਕ ਕਰੋ ਜੀ, ਇਹ ਵੇਖ ਲਓ
ਮਾਸ਼ਾਅੱਲਾ ਬਹੁਤ ਸੋਹਣੀ ਪੋਜੀਸ਼ਨ 'ਚ ਖੜ੍ਹੀ ਹੈ। ਜਿਸ ਤਰੀਕੇ ਕਹਿੰਦੇ ਪਏ ਨੇ 70-80 ਮਾਣ 90 ਮਾਣ ਤਾਂ ਪੱਕੀ ਹੈ, ਅਤੇ 2 ਪਲਾਟ ਜਿਹੜੇ ਨੇ 40-40 ਕਿੱਲਿਆਂ ਦੇ ਉਹ ਤਾਂ ਜਨਾਬ ਅੱਲਾ ਦੇ ਸਪੁਰ ਦੇ ਗਏ ਨੇ। ਅਤੇ ਕਿਸਾਨ ਦੋਸਤ ਹੁਣ ਪੱਕ ਚੈੱਕ ਕਰ ਲਓ, ਮਾਸ਼ਾਅੱਲਾ ਬਹੁਤ ਹੀ ਵਧੀਆ ਖੜ੍ਹਾ ਜੇ। ਅਤੇ ਹੁਣ ਇਹ ਵੀ ਤਾਂ ਹਾਈਬ੍ਰਿਡ ਹੈ, ਚੈੱਕ ਕਰੋ ਜੀ, ਫੁੱਲ ਮਾਸ਼ਾਅੱਲਾ ਮੁਜਰਾਂ ਭਰੀਆਂ ਹੋਈਆਂ ਨੇ। ਅਤੇ ਉਹ ਸਾਹਮਣੇ ਵੀ ਚੈੱਕ ਕਰ ਲਓ ਪਲਾਟ, ਅਤੇ ਜਿਸ ਤਰੀਕੇ ਮਲਿਕ ਸਾਹਿਬ ਆਖਿਆ ਹੈ ਹਾਰਵੈਸਟਰ ਦੇ ਮਾਲਕ, ਕਿਉਂਕਿ ਉਹਨਾਂ ਦਾ ਫੀਲਡ ਹੈ, ਰੋਜ਼ਾਨਾ ਕਟਾਈ ਕਰਦੇ ਪਏ ਨੇ। ਇਹ ਚੈੱਕ ਕਰੋ ਉਹਨਾਂ ਦਾ ਅੰਦਾਜ਼ਾ ਵੀ 80-90 ਮਾਣ ਜਿਹੜਾ ਨਾ ਆਰਾਮ ਨਾਲ ਨਿਕਲਿਆ ਸੀ। ਫੁੱਲ ਮੁੰਜਰ ਜੀ, ਫੁੱਲ ਭਰੀ ਹੋਈ। ਮੈਂ ਵੀ ਦੋਸਤੋ ਅਗਲੇ ਕਿੱਲੇ ਨੂੰ ਦੱਸਣ ਲੱਗੀ ਜੇ 80-70 ਕਰਕੇ ਮੋੜ ਕੱਟਿਆ ਸੀ, ਮੋੜ ਕੱਟਿਆ ਸੀ ਦੋਸਤੋ। ਏ ਸੀ ਲੱਗਿਆ ਹੋਇਆ ਮਸ਼ੀਨ ਵਿੱਚ, ਨਹੀਂ ਉਹ ਹਲੇ ਨੂੰ 80-70 ਕਮਾਲ ਦੀ ਪਰਫਾਰਮੈਂਸ ਸੀ। ਅਤੇ ਹਾਈਬ੍ਰਿਡ ਦਾ ਬੀਜ ਦੋਸਤੋ ਜਿੱਥੇ ਚੰਗਾ ਖੜ੍ਹਾ ਉੱਥੇ ਚੰਗਾ ਹੀ ਹੈਗਾ ਜੇ। ਬਾਹਰ ਦਾ ਚੈੱਕ ਕਰ ਲਓ, ਜਿੱਥੇ ਚੰਗਾ ਹੈ ਉੱਥੇ ਚੰਗਾ ਹੀ ਹੈ, ਅਤੇ ਜਿੱਥੇ ਫਿਰ 2 ਨੰਬਰ ਸੀਡ ਹੈ ਉੱਥੇ ਫਿਰ 2 ਨੰਬਰ ਹੀ ਹੈ। ਉਹ ਤਾਂ ਫਿਰ ਜ਼ਮੀਂਦਾਰਾਂ ਦਾ ਕਿਸਾਨਾਂ ਦਾ ਕਬਾੜਾ। ਵੱਡੀ ਮਸ਼ੀਨ ਆ, ਵੱਟਾਂ ਛੱਟਾਂ ਰੁਕੋ ਲੰਘਦੀ ਪਈ ਹੈ ਜਨਾਬ। ਡੀਜ਼ਲ ਕਿੰਨਾ ਕੁ ਪੀ ਜਾਂਦੀ ਕਿੱਲੇ 'ਤੇ? 12-14 ਲੀਟਰ। ਕਟਾਈ ਦਾ ਰੇਟ ਕੀ ਚੱਲਦਾ ਪਿਆ? 8-9 ਹਜ਼ਾਰ ਚੱਲਦਾ ਪਿਆ ਹਾਈਬ੍ਰਿਡਾਂ ਦਾ। ਅਤੇ ਰਿਫਾਈਨ ਹੋਵਣ ਤਾਂ ਪਹਿਲਾਂ ਤਾਂ ਥੋੜ੍ਹਾ ਨਹੀਂ ਹੈਗਾ। ਦੋਸਤੋ ਫੈਨ ਜਿਹੜੇ ਨੇ ਆਪਾਂ ਕਟਵਾਏ ਸਨ, ਉਹਦਾ ਰੇਟ ਆਪਾਂ ਦਿੱਤਾ ਹੈ 6,500। ਅਤੇ ਹਾਈਬ੍ਰਿਡ ਦਾ ਜਿਹੜਾ ਰੇਟ ਹੈ ਇਹ ਪਿਛਲੀ ਵਾਰੀ ਵੀ ਜ਼ਿਆਦਾ ਹੈਗਾ ਸੀ, ਇਸ ਵਾਰੀ ਵੀ ਜ਼ਿਆਦਾ ਹੀ ਹੈ। ਲੇਕਿਨ ਕਿਸਾਨ ਦੀ ਜਿਹੜੀ ਫਸਲ ਹੈ ਉਹਦਾ ਰੇਟ ਪਿਛਲੀ ਵਾਰੀ ਜ਼ਿਆਦਾ ਸੀ, ਅਤੇ ਇਸ ਵਾਰੀ ਫਸਲ ਦਾ ਰੇਟ ਘੱਟ ਹੈ। ਟੈਂਕੀ ਫੁੱਲ ਹੋ ਗਈ, ਦਿਤਾੜਦਾ ਪਿਆ ਉੱਤੋਂ, ਬਲਕਿ ਗੁੰਜਾਇਸ਼ ਕੋਈ ਨਹੀਂ ਹੈਗੀ। ਦੋਸਤੋ ਟਰਾਲਾ ਤਾਂ ਨਹੀਂ ਆਇਆ, ਟਰਪੈਲ ਉਹਨਾਂ ਲੈ ਆਉਂਦੀ ਹੈ, ਅਤੇ ਟਰਪੈਲ ਦੇ ਉੱਪਰ ਜਨਾਬ ਇਹਨੂੰ ਪਲਟਣਗੇ। ਮੇਰਾ ਖਿਆਲ ਹੈ ਜਾੜ ਮਾਸ਼ਾਅੱਲਾ ਬਹੁਤ ਵਧੀਆ ਹੈ ਇਹਨਾਂ ਕਿੱਲਿਆਂ ਦਾ।
ਬਾਕੀ ਤਾਂ ਤੁਹਾਨੂੰ ਦੱਸਦਾ ਪਏ ਨੇ ਜਿਸ ਤਰੀਕੇ ਮਸ਼ੀਨ ਦਾ ਮਾਲਕ ਆ ਗਿਆ ਵੀ ਦੋ ਪਲਾਟ 40 ਕਿੱਲੇ ਦੇ ਖਤਮ ਹੋ ਗਏ ਉਹਨਾਂ ਦੇ। ਚੈੱਕ ਕਰੋ ਜੀ ਖਾਲੇ ਦੇ ਨਾਲ ਜਿਹੜਾ ਪਾਣੀ ਹੈ, ਚੈੱਕ ਕਰੋ ਮਸ਼ੀਨ ਤਕੜੀ ਹੈ ਜਿਹੜੀ ਇੱਥੋਂ ਨਿਕਲ ਆਈ, ਵਰਨਾ ਹੈ ਕੋਈ ਹੋਰ ਮਸ਼ੀਨ ਹੁੰਦੀ ਤਾਂ ਇੱਥੇ ਫਸ ਵੀ ਸਕਦੀ ਹੈ ਜੀ। ਅਤੇ ਦੋਸਤੋ ਮੁੰਜੀ ਦਾ ਜਿਹੜਾ ਮਾਲਕ ਹੈ ਉਹ ਵੀ ਸਾਡੇ ਨਾਲ ਮੌਜੂਦ ਨੇ ਗੱਲ ਕਰਨੇ ਉਹਨਾਂ ਨਾਲ। ਮਨੀਰ ਭਈਆ ਮੈਨੂੰ ਦੱਸੋ ਹਾਈਬ੍ਰਿਡਾਂ ਨੇ ਤੁਹਾਡੇ ਨਾਲ ਕੀ ਕੀਤਾ ਅਤੇ ਕਿੰਨੇ ਕਿੱਲੇ ਆਪਾਂ ਲਾਏ ਨੇ ਟੋਟਲ ਅਤੇ ਕੀ ਪੋਜੀਸ਼ਨ ਹੈ? ਹਾਈਬ੍ਰਿਡ ਆਪਣਾ ਹੈ ਜੀ 150 ਕਿੱਲਾ ਅਤੇ ਪੋਜੀਸ਼ਨ ਬਿਲਕੁਲ ਨਾਰਮਲ ਹੈ ਕਿਉਂਕਿ ਸਾਰੀ ਪੋਟ ਬਣ ਗਈ। ਕਿੰਨੇ ਕਿੱਲੇ ਪੋਟ ਬਣੀ ਹੈ? ਪੋਟ ਯਾਨੀ ਕੋਈ 20 ਕਿੱਲੇ ਠੀਕ ਹੈ ਜਿਹੜੇ ਖੇਤੇ ਕਾਜ ਕੀਤੇ ਸੀ, ਜਿਹੜੇ ਗਰਮੀ ਤੋਂ ਪਹਿਲੇ ਖਰਾਬ ਹੋ ਗਏ ਉਹਨਾਂ ਦੇ ਠੀਕ ਹੈ ਜਾਂ ਕੋਈ 30% ਪੋਟ ਬਣ ਗਿਆ ਅਤੇ ਜਿਹੜੇ ਬਾਕੀ ਹੈ ਨਾ 130 ਕਿੱਲਾ ਉਹ 30% ਠੀਕ ਹੈ ਬਾਕੀ 70% ਪੋਟ ਬਣ ਗਿਆ। ਮੈਨੂੰ ਦੱਸੋ ਵੀ ਕਿੰਨੇ ਦਿਨਾਂ ਦਾ ਫਰਕ ਕਿੰਨੇ ਦਿਨਾਂ ਦਾ ਹੈਗਾ? ਜਿਹੜਾ ਤੁਸੀਂ ਗਰਮੀ ਤਾਂ ਕਹਿੰਦੇ ਪਏ ਗਰਮੀ ਦਾ ਮਾਮਲਾ ਹੈ, ਇਹ ਮੈਨੂੰ ਦੱਸੋ ਵੀ ਵਰਾਇਟੀ ਤਾਂ ਗਰਮੀ ਦੀ ਨਹੀਂ ਹੈਗੀ? ਗਰਮੀ ਦੀ ਵਰਾਇਟੀ ਇਹ ਜ਼ਿਆਦਾ ਕਿ ਇਸ ਤਰ੍ਹਾਂ ਜ਼ਿਆਦਾ ਟੈਂਪਰੇਚਰ ਆਈ ਹੋਇਆ। ਆਹ ਜਿਹੜੀ ਤੁਹਾਡੀ ਮੁੰਜਰ ਮੈਂ ਆਹ ਹੁਣ ਕਟਾਈ ਹੁੰਦੀ ਪਈ ਹੈ ਇਹ ਵੀ ਤਾਂ ਗਰਮੀ ਦੀ ਅੱਛੀ ਹੈ, ਇਹ ਕਿਉਂ ਠੀਕ ਹੈਗੀ ਹੈ? ਬਾਅਦ ਯਾਰ 2 ਹਫ਼ਤੇ ਜ਼ਿਆਦਾ ਗਰਮੀ ਪਈ ਹੈ, ਟੈਂਪਰੇਚਰ ਜ਼ਿਆਦਾ ਨਹੀਂ ਹੈ ਗਰਮੀ ਆ ਜ਼ਿਆਦਾ। ਬੀਜ ਤੁਹਾਡੇ ਅੰਦਾਜ਼ੇ ਨਾਲ ਕਿੰਨਾ ਕੁ ਮਤਲਬ ਵੀ ਮਾਮਲਾ ਹੈਗਾ, ਅਮਲ ਦਖਲ ਹੈ? ਕਿਉਂਕਿ ਕਾਫੀ ਦੋਸਤ ਕਹਿੰਦੇ ਨੇ ਬੀਜ ਜਿਹੜਾ 2 ਨੰਬਰ ਹੋਇਆ ਵੀ ਇੰਨਾ ਇੰਪੋਰਟ ਨਹੀਂ ਕੀਤਾ ਜਿੰਨਾ ਕਿਸਾਨਾਂ ਨੇ ਇੰਨਾ ਦਿੱਤਾ ਹੈ। ਬੀਜ ਦਾ ਹੋ ਸਕਦਾ ਇਸ਼ੂ, ਲੇਕਿਨ ਅਸੀਂ ਤਾਂ ਗਰਮੀ 'ਚ ਪਾਉਣਾ, ਲੇਕਿਨ ਤੁਸੀਂ ਪਾਉਂਦੇ ਨੇ ਜਾਂ ਕੰਪਨੀ ਵਾਲੇ ਪਾਉਂਦੇ ਨੇ? ਕੰਪਨੀ ਵਾਲਿਆਂ ਨੂੰ ਤਾਂ ਅਸੀਂ ਮਿਲੇ ਨਹੀਂ ਹੈ, ਜਿਹੜਾ ਮੇਰਾ ਭਾਈ ਆਣਾ ਉਹਦਾ ਸਾਰਾ ਨੁਕਸ ਤਾਂ ਬੀਜ ਹੈ ਵੀ ਗਰਮੀ ਦਾ ਹੈ। ਗਰਮੀ ਨਹੀਂ ਨਹੀਂ ਉਹ ਕਹਿੰਦਾ ਉਹ ਮੈਂ ਕਹਿੰਦਾ ਗਰਮੀ ਦਾ, ਜਿਹੜਾ ਮੇਰਾ ਵੱਡਾ ਭਾਈ ਆ ਉਹ ਆਉਂਦਾ ਵੀ 2 ਨੰਬਰ ਵਿੱਚ, ਇਹ 2 ਨੰਬਰ ਵਿੱਚ ਅਸੀਂ ਇਹ ਵੇਖਿਆ ਬਈ ਇਹਨਾਂ ਤੋਂ ਜਿਹੜਾ ਕ੍ਰਾਸ ਪੋਲੀਨੇਸ਼ਨ ਦੇ ਹੁੰਦੇ ਨਾ ਉੱਥੇ ਬੂਰਾ ਉਹਦਾ ਉੱਥੇ ਬੂਰਾ ਹੀ ਨਹੀਂ ਲੱਗਾ, ਬੂਰਾ ਹੀ ਨਹੀਂ ਲੱਗਾ, ਬੂਰਾ ਹੀ ਨਹੀਂ ਲੱਗਾ ਜਿੱਥੇ ਪੋਟ ਬਣੀ ਨਾ ਉਹਨਾਂ ਦਾਈਆਂ ਦਾ ਬੂਰਾ ਹੀ ਨਹੀਂ ਲੱਗਾ। ਜਿਹੜੇ ਤੁਸੀਂ ਅਗੇਤੇ ਲਾਇਆ ਸੀ ਉਹਨਾਂ ਉੱਤੇ ਬੂਰਾ ਬਣਿਆ ਸੀ? ਉਹਨਾਂ ਤਾਂ ਬਣਿਆ ਤਾਂ ਕ੍ਰਾਸ ਹੋ ਗਿਆ। ਤੇ ਇਹ ਮੈਨੂੰ ਦੱਸੋ ਵੀ ਜਦੋਂ ਤੁਸੀਂ ਪਹਿਲਾਂ ਅਗੇਤਾ ਲਾਇਆ ਉਹ ਬੁਕਿੰਗ ਦੇ ਜ਼ਰੀਏ ਲਿਆ ਸੀ ਬੀਜ ਸ਼ੁਰੂ ਵਿੱਚ ਹੀ? ਹਾਂਜੀ ਉਹ ਸ਼ੁਰੂ ਵਿੱਚ, ਤੇ ਬਾਕੀ ਜਿਹੜਾ ਬੀਜ ਖਰਾਬ ਹੋਇਆ ਉਹ ਬਾਅਦ ਤੋਂ ਲਿਆ ਜਦੋਂ ਸ਼ਾਰਟ ਹੋਇਆ ਬੀਜ? ਉਸ ਟਾਈਮ ਲਿਆ? ਹਰ ਦੁਕਾਨਦਾਰਾਂ ਦਾ ਸ਼ਾਰਟ ਹੋ ਗਿਆ, ਸ਼ਾਰਟ ਹੋ ਗਿਆ ਮਤਲਬ ਜਦੋਂ ਬੀਜ ਸ਼ਾਰਟ ਹੋਇਆ ਉਦੋਂ ਹੀ ਕਿਸਾਨਾਂ ਨੂੰ ਕੰਮ ਪੈ ਗਿਆ। ਅਤੇ ਟੈਂਕ ਜਿੰਨਾ ਹੁੰਦਾ ਪਿਆ ਖਾਲੀ। ਅਤੇ ਮੁਨੀਰ ਭਾਈ ਇਹ ਤੁਹਾਡੇ ਅੰਦਾਜ਼ੇ ਦੇ ਮੁਤਾਬਕ ਗਰਮੀ ਦਾ ਮਾਮਲਾ ਅਤੇ ਤੁਹਾਡੇ ਭਰਾ ਦੇ ਮੁਤਾਬਕ ਹੈ ਬੀਜ ਦਾ ਮਾਮਲਾ, ਅਤੇ ਬੀਜ ਜਿਹੜਾ ਪਹਿਲੇ ਠੀਕ ਨਿਕਲਿਆ ਉਹ ਤੁਸੀਂ ਉਹ ਬੁਕਿੰਗ ਵਾਲਾ ਹੈਗਾ ਸੀ, ਜਦੋਂ ਸ਼ਾਰਟ ਬੀਜ ਹੋਇਆ ਇਹ ਬਾਕੀ ਦੇ ਉਹ ਹੈਗੇ ਨੇ ਜਿਹੜੇ ਪੋਟ ਬਣ ਗਏ ਨੇ ਬਾਅਦ ਲਿਆ, ਉਹਦੇ ਉੱਪਰ ਬੁਰਾ ਨਹੀਂ ਲੱਗਿਆ, ਬੁਰਾ ਨਹੀਂ ਲੱਗਾ ਕ੍ਰਾਸ ਜਿਹੜਾ ਪੋਲੀਨੇਸ਼ਨ ਹੁੰਦਾ ਨਾ ਉਹ ਬੁਰਾ ਨਹੀਂ ਲੱਗਾ। ਅਤੇ ਜਿਹਦੀ ਵਜ੍ਹਾ ਨਾਲ ਆਪਣੇ 80 ਕਿੱਲਾ ਗਿਆ ਡੈਮੇਜ ਹੋ ਗਿਆ। ਅਤੇ ਕਿੰਨਾ ਝਾੜ ਜਿਹੜੇ ਤੁਹਾਨੂੰ ਅੰਦਾਜ਼ੇ ਦੇ ਮੁਤਾਬਕ? 80 ਕਿੱਲਾ ਕੋਈ ਕਿੱਲੇ 10 ਮਣ ਵੀ ਹੋ ਸਕਣ, ਕੋਈ 20 ਮਣ ਵੀ ਹੋ ਸਕਣ, ਮਤਲਬ ਉਹਦਾ ਆਪਣੇ ਮਸ਼ੀਨ ਦੇ ਵੀ ਬੱਲੂ ਪੈਸੇ ਨੇ। ਹਾਂਜੀ ਉਹ ਬਿਲਕੁਲ।
ਚੈੱਕ ਕਰੋ ਜੀ ਮਸ਼ੀਨ ਦੀ ਕਟਾਈ, ਰਿਜ਼ਲਟ ਮਾਸ਼ਲ ਬਹੁਤ ਵਧੀਆ, ਲੇਕਿਨ ਮਾੜੀ ਮਾੜੀ ਗੁੰਡੀ ਹੈਗੀ ਹੈ ਅਤੇ ਇਹ ਅਕਸਰ ਜਿਹੜਾ ਨਾ ਇਹ ਮਸ਼ੀਨਾਂ ਜਿਹੜੀਆਂ ਆਉਂਦੀਆਂ ਨੇ 45-60 ਹੋ ਗਈ, 80-60, 80-70 ਹੋ ਗਈ, ਇਸ ਤਰ੍ਹਾਂ ਦੀ ਜਿਹੜੀ ਗੁੰਡੀ ਛੁੰਡੀ ਹੈ ਇਹ ਲਾਜ਼ਮੀ ਇਹਦੇ ਵਿੱਚ ਆ ਜਾਂਦੀ ਹੈ। ਅਤੇ ਮੁਨੀਰ ਬਾਈ ਦੇ ਮੁਤਾਬਕ ਤੁਸੀਂ ਸੁਣ ਲਿਆ ਜ਼ਬਾਨੀ, ਉਹ ਗਰਮੀ 'ਤੇ ਪਾਉਂਦਾ ਹੈ ਅਤੇ ਉਹਦਾ ਜਿਹੜਾ ਭਰਾ ਹੈਗਾ ਉਹ ਕਹਿੰਦਾ ਵੀ ਨਹੀਂ ਗਰਮੀ ਦਾ ਰੌਲਾ ਨਹੀਂ ਹੈਗਾ, ਬੀਜ ਦਾ ਰੌਲਾ ਹੈ ਕਿਉਂਕਿ ਉੱਤੇ ਬੂਰਾ ਹੀ ਨਹੀਂ ਲੱਗਿਆ। ਅਤੇ ਬਾਕੀ ਵੀ ਜਿੰਨੇ ਵੀ ਕਿਸਾਨ ਵੀਰ ਭਰਾ ਹੈਗੇ ਨੇ ਉਹ ਕੋਸ਼ਿਸ਼ ਕਰਨ ਆਪਣਾ ਆਪਣਾ ਹਿਸਾਬ ਕਿਤਾਬ ਲਾ ਕੇ ਦੱਸਣ, ਚੈੱਕ ਕਰਕੇ ਆਪਣੀ ਫਸਲ ਵੀ ਉਹਨਾਂ ਦਾ ਬੂਰਾ ਲੱਗਿਆ ਹੈ ਨਹੀਂ ਲੱਗਿਆ ਅਤੇ ਉਹਨਾਂ ਦੀ ਮੌਜੂਦਾ ਸੂਰਤ ਹਾਲ ਕੈਸੀ ਹੈ। ਅੰਦਾਜ਼ਾ ਲਾ ਲਓ ਨਾਲੋਂ ਨਾਲ ਖੇਤ ਹੈਗੇ ਨੇ, ਅਗਰ ਇੱਕ ਪਲਾਟ 'ਚ ਅਸਲੋਂ ਮੰਦਾ ਹੈ ਇੱਕ ਪਲਾਟ ਚੰਗਾ ਹੈ ਅਤੇ ਸਾਫ ਜ਼ਾਹਿਰ ਹੈ ਵੀ ਬੀਜ ਵਿੱਚ ਰੱਦੋ ਬਦਲ ਹੋ ਗਿਆ। ਅਤੇ ਬਾਕੀ ਵੀ ਇੱਕ ਦੋ ਕਿਸਾਨਾਂ ਨਾਲ ਰਾਬਤਾ ਹੋਇਆ, ਉਹਨਾਂ ਦਾ ਵੀ ਇਹ ਕਹਿਣਾ ਵੀ ਜਿਹੜੀ ਉਹਨਾਂ ਬੁਕਿੰਗ ਦਾ ਬੀਜ ਪਹਿਲਾਂ ਲਿਆ ਸੀ ਸ਼ੁਰੂ ਵਿੱਚ ਉਹਦਾ ਝਾੜ ਜਿਹੜਾ 100+ ਨਿਕਲਿਆ ਅਤੇ ਜਿਹੜਾ ਉਹਨਾਂ ਬੀਜ ਲਿਆ ਹੈ ਦੌਰਾਨੇ 60 ਜਦੋਂ ਬਾਜ਼ਾਰ ਵਿੱਚ ਮੰਦਾ ਹੋਇਆ ਵੀ ਬੀਜ ਕੋਈ ਨਹੀਂ ਹੈਗਾ ਕੋਈ ਨਹੀਂ ਹੈਗਾ ਅਤੇ ਸਾਰਾ ਜ਼ਮੀਂਦਾਰ ਜਿਹੜੇ ਨੇ ਬੀਜ ਦੇ ਮਗਰ ਲੱਗ ਗਏ ਅਤੇ ਫਿਰ ਅੜ ਕੇ ਜਨਾਬ ਬੀਜ ਉਹਨਾਂ ਨੂੰ ਲੱਭਿਆ ਦੋ ਨੰਬਰ ਅਤੇ ਬਸ ਹੁਣ ਕਿਸਾਨਾਂ ਵਾਸਤੇ ਦੁਆਈ ਕੀਤੀ ਜਾ ਸਕਦੀ ਹੈ। ਅਤੇ ਹੁਣ ਮੈਨੂੰ ਤਾਂ ਇਜਾਜ਼ਤ, ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ, ਅੱਲਾ ਹਾਫਿਜ਼, ਪਾਕਿਸਤਾਨ ਜ਼ਿੰਦਾਬਾਦ।